ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਮੇਰਾ ਨਾਮ ਬਾਈ ਚੰਦਵੀਰ ਸਿੰਘ ਅਤੇ ਨਾਲ ਹੈ ਬਾਈ ਮਹੇਸ਼। ਅਤੇ ਕੰਮਾਂ ਕਾਰਾਂ ਥੋੜ੍ਹੇ ਆਏ ਹਾਂ ਲਈ, ਅਤੇ ਅੱਜ ਕੁਛ ਕਮਰੇ ਲਈ ਚੀਜ਼ਾਂ ਲੈਣ ਚੱਲੇ ਹਾਂ, ਕੁਛ ਲੈ ਕੇ ਆਵਾਂਗੇ। ਅਤੇ ਤੁਹਾਡੇ ਕੋਲ ਚੀਜ਼ ਪੁੱਛਣੀ ਸੀਗੀ, ਆਪਾਂ ਕਮਰੇ ਮਤਲਬ ਕਿ ਲਾਈਟਿੰਗ ਸੋਚੀ ਹੈ ਵੀ ਵਧੀਆ ਵਧੀਆ ਕੀਤੀ ਜਾਵੇ, ਜਾਂ ਕੋਈ ਸਟਿੱਕਰ ਕੋਈ ਦੱਸੋ ਇਹੋ ਜਿਹੀ ਚੀਜ਼। ਵਾਈਟ ਕਮਰਾ ਆਪਣਾ ਪੂਰਾ, ਤੁਹਾਨੂੰ ਪਤਾ ਵਾ, ਆਹ ਵੇਖ ਲਓ ਇੱਧਰ ਵਾਈਟ ਆ। ਦੋ ਦਿਨ ਛੁੱਟੀਆਂ ਲਈਆਂ ਲਈ ਕੱਪੜੇ ਕੁਪੜੇ ਟੰਗੇ ਆ, ਅਤੇ ਜ਼ਿਆਦਾ ਕੁਛ ਕੀਤਾ ਨਹੀਂ, ਉਹਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨਾ ਹੋਣੇ ਅੱਗੇ ਅੱਗੇ, ਛੁੱਟੀਆਂ ਕਿੱਦਾਂ ਆਈ, ਟੋਕੀਆਂ ਅਤੇ ਕੀ ਲੈ ਕੇ ਆਏ ਸਮਾਨ। ਤਾਂ ਚਲੋ ਜਿਹੜੀ ਲੋੜ ਹੈ ਆਪਾਂ ਉਹੀ ਲੈ ਕੇ ਆਏ, ਬਾਕੀ ਤੁਹਾਨੂੰ ਪਤਾ ਜਿਹੜਾ ਲੈਂਦੇ ਰਹੇ ਡੇਲੀ 'ਚ ਆਪਾਂ ਜਿਹੜਾ ਕੁਦਰੀ ਦਾ, ਉਹ ਤਾਂ ਚਲੋ ਹੈਗਾ ਹੀ ਆ ਡੇਲੀ ਨੀਡਸ। ਬਟ ਜਿਹੜਾ ਆਪਾਂ ਮਤਲਬ ਕਿ ਲਿਆਂਦਾ, ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਦਈਏ, ਅਤੇ ਬਣਾਈ ਆ ਸ਼ੁਕਲ ਮੇਲੇ ਆ ਆਪਣੇ, ਤੁਹਾਨੂੰ ਪਤਾ। ਅਤੇ ਹੁਣ ਇੱਕ ਹੋਰ ਚੀਜ਼ ਲੈਂਦੀ ਆ ਉੱਥੋਂ, ਜਿਹੜੀਆਂ ਚਿੱਠੀਆਂ ਅਸੀਂ ਲਾਈਆਂ ਸੀ ਉਹ ਹੁਣ ਮੈਂ ਚਿੱਠੀਆਂ ਫਿਰ ਦੁਬਾਰਾ ਲਾਉਣ ਜਾਣਾ, ਅਤੇ ਬਾਅਦ 'ਚ ਜਿਹੜੀਆਂ ਤੁਹਾਡੀਆਂ ਚਿੱਠੀਆਂ ਲੱਥੀਆਂ ਕਿਸ ਤਰ੍ਹਾਂ ਵਾ ਉਹ ਅੱਗੇ ਅੱਗੇ ਵੀਡੀਓ 'ਚ ਆ। ਪਹਿਲਾਂ ਤੁਹਾਨੂੰ ਦਿਖਾ ਦੇਣਾ ਵੀ ਕੀ ਚੱਕਰ ਆ, ਜਾਂ ਪਹਿਲਾਂ ਤੁਸੀਂ ਵੀਡੀਓ ਵੇਖ ਲਓ, ਚੈੱਕ ਕਰੋ ਵੀਡੀਓ। ਲਓ ਵੀ ਮੈਂ ਤੇਰਾ ਬਲੌਗ ਸ਼ੁਰੂ ਕਰਦੇ ਹਾਂ। ਅੱਜ ਆਪਾਂ ਸ਼ੋਪਿੰਗ ਕਰਕੇ ਆਏ ਹਾਂ ਕਮਰੇ ਦੇ ਲਈ। ਸ਼ੋਪਿੰਗ ਬਹੁਤ, ਇੱਕ ਤਾਂ ਜਿਹੜੀਆਂ ਚਿੱਠੀਆਂ ਅਸੀਂ ਪਾਈਆਂ ਸੀ ਉੱਥੇ, ਜਿਹੜੀਆਂ ਇੱਥੇ ਤੁਹਾਨੂੰ ਚਿੱਠੀਆਂ ਦਿਖਾ, ਚਿੱਠੀਆਂ ਪਹੁੰਚ ਚੁੱਕੀਆਂ ਅਤੇ ਲਾਤੀਆਂ ਚਿੱਠੀਆਂ, ਠੀਕ ਹੈ। ਅਤੇ ਚਿੱਠੀਆਂ ਲਈ ਨਵੀਆਂ ਅਸੀਂ ਚਿੱਠੀਆਂ ਹੁਣ ਵੇਖ ਲਈਆਂ, ਅਤੇ ਚਿੱਠੀਆਂ ਤਾਜ਼ੀ ਅਤੇ ਫਿਰ ਲੈ ਗਏ ਚਿੱਠੀਆਂ ਅਸੀਂ, ਅਤੇ ਚਿੱਠੀਆਂ ਹੁਣ ਲਿਖਾਂਗੇ ਇੱਥੇ ਵਧੀਆ ਵਧੀਆ ਚੀਜ਼ਾਂ, ਠੀਕ ਹੈ ਨਾ। ਅਤੇ ਆ ਮੇਰੇ ਹੱਥ 'ਚ ਤੁਸੀਂ ਪਤੀਲਾ ਤਾਂ ਪਤੀਲਾ ਤਾਂ ਵੇਖਣ ਦੇ, ਇੱਕ ਮਿੰਟ ਹੋਰ ਹੀ ਆਵੇ ਸਮਾਈ ਵਾਲੀਆਂ ਅਸੀਂ ਤਿੰਨ ਲਿਆਉਂਦੀਆਂ ਵਾ। ਇਹ ਸਾਲ ਕਿਹੜੀ ਲਈਆਂ, ਇਹ ਕਿਹੜੀ ਆ, ਉਹ ਕਿਹੜੀ ਲੱਗੀ ਆ, ਕੋਲ ਗਈ ਸਪਰਿੰਗ, ਆ ਗਈ ਲਿਟਲ ਚੈਂਪਸ, ਆ ਗਈ ਛੋਟਾ ਭੀਮ, ਆ ਤੁਹਾਨੂੰ ਗੱਲ ਹੈ ਆ ਉਸਤਾਦ ਦੀਆਂ ਛੋਟਾ ਭੀਮ। ਹੈਗਾ ਹੱਥ ਮੇਰਾ ਥੋੜੇ ਵਰਗਾ, ਅੰਦਰ ਨਾ ਟੰਗੀ ਆ ਕਪੜਾ ਬਾਥਰੂਮ ਦੇ ਪਿੱਛੇ, ਉਹ ਉੱਥੇ ਉਹ ਵੀ ਉੱਥੇ ਟੰਗੀ ਕਿਸੇ ਨੇ, ਉਹ ਵੀ ਲੱਗੇ ਤਿੰਨ ਚਿੱਲੇ, ਉਹਦੇ ਉੱਤੇ ਧੋ ਲਾਂਗੇ, ਇੱਕ ਚਾਹ ਬਣਾਈ ਦੀ ਆਪਾਂ ਸਮਾਈ। ਆਹ ਤਾਂ ਗੱਲ ਬਣ ਗਈ ਪੂਰੀ, ਇਹ ਤਾਂ ਬੈਸਟ ਥਾ, ਇਹ ਬੈਸਟ ਥਾ। ਇੱਥੇ ਆਪਾਂ ਟੰਗਾਂਗੇ ਕੋਟ ਪੈਂਟ ਵੀਡੀਓ ਦੇ ਵਾਸਤੇ ਸੈਟਅਪ ਲਈ ਪਿੱਛੇ, ਅੰਦਰਾਂ ਦੀ ਕਿੱਲੀ ਦੇ ਦੇਖੋ ਜੀ, ਜ਼ਿੰਦਗੀ ਬਹੁਤ ਸੌਖੀ ਨਹੀਂ ਸਾਡੀ, ਨੱਬਿਆਂ ਦਾ ਤਾਲਾ ਰਿਸਕ 'ਚ ਪਾ ਕੇ ਅਸੀਂ ਇੰਨੀਆਂ ਕਿੰਨੀਆਂ ਟੰਗੀਆਂ, ਪਸੀਨਾ ਮਾਏ ਮੱਥੇ ਤੇ ਲਾਈ ਛਾਈ, ਤੇ ਹੁਣ ਅਸੀਂ ਆਹ ਕਿੱਲੀ ਕਿੱਥੇ ਟੰਗ ਗਏ, ਇੱਕ ਕਿੱਲੀ ਲੈ ਗਈ ਥੱਲੇ, ਕਮੈਂਟ ਕਰਕੇ ਦੱਸੋ ਕਿੱਥੇ ਲੈ ਗਏ। ਹੋਰ ਆਪਾਂ ਕੀ ਸ਼ੋਪਿੰਗ ਕੀਤਾ ਉਹ ਤੁਹਾਨੂੰ ਦਿਖਾਉਂਦੇ, ਪਹਿਲਾਂ ਇੱਕ ਕਿੱਲੀ ਦਾ ਆਪਾਂ ਬਾਅਦ 'ਚੋਂ ਖੈਰ ਟੰਗ ਲਾਂਗੇ, ਅਤੇ ਮੇਰੀ ਉਸਤਾਦ ਜਿਵੇਂ ਕਦੇ ਖੁਸ਼ੀ ਵਾਲੇ ਰਾਹ ਤੇ ਚੱਲ ਜਾਂਦੇ ਨੇ, ਕਈ ਗਰਲਫ੍ਰੈਂਡਾਂ ਦੇ ਫੋਨ ਕੋਈ ਘਾਤਕ ਘਾਤਕ ਘਟਨਾਵਾਂ ਹੋ ਜਾਂਦੀਆਂ ਨੇ, ਤੇ ਮਾੜੇ ਆਸ਼ਕ ਇਹੋ ਜਿਹੇ ਗੋਲੀ ਖਾਣੇ ਨਾਲ ਫਿਰਦੇ ਨੇ, ਤੇ ਫਿਰ ਯਾਰ ਆਮ ਤੇ ਜੁੱਤੀ ਵੀ ਫਿਰਦੀ ਹੈ ਇਹਨਾਂ ਦੇ, ਤੇ ਘਾਤਕ ਜਿਹੜੀਆਂ ਘਟਨਾਵਾਂ ਹੋ ਜਾਂਦੀਆਂ, ਤੇ ਉਹਦੇ ਵਾਸਤੇ ਫਿਰ 20 ਰੁਪਈਆਂ ਦਾ ਪੈਕਟ ਨੇਮ ਵੰਡਰ ਫਰੈਸ਼, ਵੰਡਰ ਫਰੈਸ਼ ਜੋ ਕਿ ਪਾਦੇ ਸਰੀਰ ਵਿੱਚ ਲਾਓ ਤੇ ਕਰਦੇ ਕੰਮ ਖਿਲਾਓ, ਇਹ ਗਿਆ ਹੋਰ ਅਸੀਂ ਖਰੀਦਿਆ ਜੇ ਆ ਲਾਓ, ਇਹ ਕਈ ਵਾਰੀ ਗੁਮਰਾਹ ਹੋ ਕੇ ਮਰਨਾ ਹੋਵੇ ਤੇ ਪਕੜੀ ਪਲੀਜ਼ ਸਵਾਦ ਕਰ ਦਿੰਦੇ, ਤੇ ਇਹੋ ਜਿਹੇ ਬੰਦੇ ਪੀ ਵੀ ਸਕਦੇ ਨੇ। ਦੇਖੋ ਇਹਦਾ ਰਿਫਲ ਦੋ, ਮੈਨੂੰ ਪੂਰਾ ਅਟੈਚ ਕਰਕੇ ਦਿਖਾ, ਤੁਹਾਨੂੰ ਇਹ ਕਰ ਲਾਂਗੇ ਅਸੀਂ ਅਨਬੋਕਸਿੰਗ, ਥੋੜਾ ਰਿਫਲ ਹੈਗਾ ਇਹ, ਖੈਰ ਆਪਾਂ ਇਹਦੀ ਰੋਟੀ ਚੱਜ ਪਾ ਲਾਂਗੇ, ਇਹ ਪੀਣਾ ਚਾਹੇਗਾ ਇਹਨੂੰ ਫੇਂਕ ਦਿਓ, ਤੇ ਇਹ ਡੱਬੇ ਉਹ ਭਰਿਆ ਡੱਬਾ ਫੁੱਟ ਲੱਗਾ, ਇਹ ਗਿਆ। ਉਸ ਤੋਂ ਬਾਅਦ ਬਿਨ ਇਹਦਾ ਉਹ ਰਹਿ ਗਏ ਯਾਰ ਉੱਚਾ, ਤੇ ਵਿਆਹ 'ਚ ਭਾਂਡੇ ਭੁੰਡੇ ਧੋਣੇ ਲਈ ਆ ਬੰਦੇ ਨੂੰ ਕੰਟੈਕਟ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੀ ਹੁੰਦੀ ਹੈ ਬੰਦੂਕਾਂ ਦੀ ਲੜੀ, ਤੇ ਪਾਰਟ ਟਾਈਮ ਨਾਈ ਦਾ ਕੰਮ ਵੀ ਕਰਦਾ ਬੰਦਾ, ਤੇ ਵਾਲ ਧੋਣੇ ਲਈ ਸ਼ੈਂਪੂ ਵਗੈਰਾ ਸਾਰਾ ਸਮਾਨ ਹੈ, ਤੁਸੀਂ ਇੱਥੇ ਵਾਲ ਕਟਾਉਣ ਲਈ ਵੀ ਆ ਸਕਦੇ ਹੋ, ਚੇਅਰ ਵੀ ਰੈਡੀ ਹੈ, ਸਲੂਨ ਆਪਣਾ ਰੈਡੀ ਹੈ, ਸਾਰਾ ਸਮਾਨ ਰੈਡੀ ਹੈ।
ਤੇ ਕਹਿੰਦੇ ਆ ਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਤੇ ਅਸੀਂ ਖਰੀਦਦੇ ਆ ਚਾਰ ਪੈਕ ਡਿਟੋਲ ਦੇ ਜਿਹੜੇ ਕਹਿੰਦੇ 5 ਡਿਗਰੀ ਸੈਲਸੀਅਸ ਤੇ 5 ਡਿਗਰੀ ਤੁਹਾਨੂੰ ਕੂਲਰ ਰੱਖਾਂਗੇ ਹਨਾ ਜੀ ਹੁਣ ਸਾਬਣਾਂ ਨੂੰ ਠੰਡਾ ਰੱਖ ਪਾਉਣਗੇ ਕਿ ਨਹੀਂ ਅਸੀਂ ਦੇਖਾਂ ਕੂਲਰ ਇਹਦਾ ਕੂਲ ਹੁੰਦਾ ਉਸ ਤੋਂ ਬਾਅਦ ਸਾਡਾ ਹੁੰਦਾ ਡਿਟੋਲ ਇੱਕ ਖੁੱਲਿਆ ਵਾ ਪਿਛਲੀ ਦੀਆਂ ਵੱਡੀਆਂ ਗਾਚੀਆਂ ਲੈਣੀਆਂ ਸਾਡੀਆਂ ਹੁਣ ਉੱਥੇ ਜਗ੍ਹਾ ਘੱਟ ਆ ਵੱਡੀ ਗਾਚੀ ਲੈਂਦੀ ਅਸੀਂ ਨਾ ਲਾਈ ਨੀ ਲਾ ਕੇ ਲਈ ਉੱਥੇ ਰੱਖੀ ਆ ਤੇ ਚੱਲ ਖੜਾ ਪਸੀਦੀ ਫਲੈਸ਼ ਥੱਲੇ ਠੀਕ ਆ ਤੇ ਮੈਂ ਹੁਣ ਨੁਕਸਾਨ ਤੁਸੀਂ ਛੋਟੀਆਂ ਲਓ ਨਾ ਗਮ ਲੱਗੇ ਨਾ ਕੰਮ ਲੱਗੇ ਠੀਕ ਹੈ ਜੀ ਇਹ ਲੈਣੀਆਂ ਇਹ ਹੋ ਗਿਆ ਖਤਮ ਕਿੱਲੀਆਂ ਸਾਡੀਆਂ ਲੱਗ ਗਈਆਂ ਲਾਸਟ ਕਿੱਲੀ ਹਜੇ ਹੈਗੀ ਹੁਣ ਲਾਸਟ ਕਿੱਲੀ ਕਮੈਂਟ ਕਰਕੇ ਦੱਸੋ ਕਿੱਥੇ ਲਾਈਏ ਸਿਰ ਤੇ ਲਾ ਲਈਏ ਤੇ ਆ ਕਮਰਾ ਚੈੱਕ ਕਰੋ ਬਸ ਕਰ ਉਸਤਾਦ ਕਿੱਲੀਆਂ ਕਿੱਲੀਆਂ ਕਰ ਦੂੰਗਾ ਕਮਰੇ ਚ ਆਉਣ ਮੈਂ ਬਾਈ ਯਾਰ ਸਰਾਣਾ ਸੀ ਇੰਦੇ ਸੰਘਰਸ਼ ਕਰਨ ਦੇ ਜ਼ਿੰਦਗੀ ਦਾ ਸੰਘਰਸ਼ ਦਾ ਐ ਬੋਲਿਆ ਜਿਵੇਂ ਪਹਾੜ ਨਹੀਂ ਤੋੜ ਰਿਹਾ ਹੁੰਦਾ ਮੇਰੇ ਅੱਜ ਲੱਗੇ ਜਾਪਦਾ ਮੈਨੂੰ ਦਰਜੀ ਦਾ ਕੰਮ ਵੀ ਬਾਈ ਹੋ ਨਹੀਂ ਕਰ ਲੈਂਦੇ ਨੇ ਟੇਲਰ ਟੂਲਰ ਕੋਈ ਕੰਮ ਹੋਵੇ ਤੇ ਕੰਟੈਕਟ ਕਰ ਦਿਓ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਕਰਾਂ ਤੇਰੀ ਮਸ਼ਰੂਮ ਨਹੀਂ ਨਹੀਂ ਸਾਈ ਹੋਵੇ ਤੇ ਕੰਟੈਕਟ ਤੇਰੀ ਮਸ਼ਰੂਮ ਕਟਿੰਗ ਕਰਾਂ ਚੱਲ ਮੈਂ ਤੈਨੂੰ ਮੰਨ ਜੂੰਗਾ ਚੱਲ ਤੂੰ ਮੇਰੇ ਨਾਲ ਰਹਿਣਾ ਤੂੰ ਮੈਨੂੰ ਸੂਈ 'ਚ ਧਾਗਾ ਹੀ ਪਾ ਕੇ ਦਿਖਾ ਦੇ ਜੇ ਵੀ ਸੂਈ 'ਚ 15 ਮਿੰਟ ਪਹਿਲਾਂ ਮੈਨੂੰ ਸੂਈ 'ਚ ਧਾਗਾ ਪਾਉਣ ਲੱਗਿਆ ਲੱਗੇ ਦੁਕਾਨ ਆਹੀ ਆਪਣੀ ਵਾਲ ਕਟਾਉਣੇ ਹੁਣ ਭਾਂਡੇ ਧੋਣੇ ਹੁਣ ਕੰਮ ਕਈ ਕਰ ਦਿੱਤਾ ਬੰਦਾ ਕਾਹਨੂੰ ਤੁਸੀਂ ਫੌਜ ਦਾ ਸੁਪਨਾ ਪਾ ਕੇ ਬੈਠੇ ਜੇ ਤੇ ਫੌਜੀਆਂ ਨੂੰ ਉੱਥੇ ਆਪਣਾ ਦੁਕਾਨ ਦਕੂਨ ਨਹੀਂ ਮਿਲਦੀ ਕੋਈ ਲਾਗੇ ਬਣੇ ਪਹਾੜੀ ਇਲਾਕੇ 'ਚ ਅਤੇ ਉੱਥੇ ਜੁੱਲੀ ਤੁੰਬਲ ਨੂੰ ਆਪਣੇ ਆਪ ਹੀ ਲਾਉਣਾ ਪੈਂਦਾ ਤੋਪਾ ਤੁਸੀਂ ਵੀ ਥੋੜ੍ਹਾ ਸੰਘਰਸ਼ ਦੀ ਬੋ ਲੈ ਲਓ ਬੋ ਕਹਿਣਾ ਖੁਸ਼ਬੋ ਲੈ ਲਓ ਖੁਸ਼ਬੋ ਉਹ ਧੰਨਵਾਦ ਹੋਣਾ ਵੀ ਡਿਜ਼ਾਇਨਿੰਗ ਕੀਤੀ ਗਈ ਹੈ ਡਿਜ਼ਾਇਨਿੰਗ ਵੇਖੋ ਤੁਸੀਂ ਸਾਡੀਆਂ ਸੀਨਾਂ ਅਲਟੀਮੇਟ ਸੀਨਾਂ ਲੱਗੀਆਂ ਨੇ ਵੀ ਜਿੱਧਰ ਲੱਗਦੀਆਂ ਆਪਾਂ ਲਾ ਦਿੱਤੀਆਂ ਵਾ ਬਸ ਇਹ ਆ ਆਪਣੀ ਡਿਜ਼ਾਇਨਿੰਗ ਕਾਰੀਗਰੀ ਕਿਉਂ ਵੀ ਆਪ ਫੁੱਲ ਉਹਨੇ ਵਾਹੇ ਜੇ ਇਹ ਪਿੰਕ ਫੁੱਲ ਅਤੇ ਪੀਲਾ ਫੁੱਲ ਉਹਨੇ ਵਾਇਆ ਅਤੇ ਡਿਜ਼ਾਇਨਿੰਗ ਤੂੰ ਕੀਤੀ ਨਾ ਹੈ ਨਾ ਵੇਖਿਆ 50 ਰੁਪਏ ਦਿੱਤੇ ਪਰ ਫੁੱਲ ਦੇ ਹਿਸਾਬ ਨਾਲ ਅਤੇ 3-4 ਫੁੱਲ ਹੋਰ ਹੈਗੇ ਆ ਮੈਂ ਕਿਹਾ ਚੱਲ ਗਰਮੀ ਆਈ ਆ ਤਾਂ ਸੁੰਘਣ ਨਾ ਜਾਣਾ ਪਾਣੀ ਪੂਣੀ ਪੈ ਜੋ ਮੈਂ ਚੀਜ਼ਾਂ ਲੈ ਕੇ ਆਇਆ ਵਾਂ ਅੱਜ ਉਹ ਇਹਦੇ ਵਿੱਚੋਂ ਹੌਲੀ ਹੌਲੀ ਮੈਂ ਕੱਢਦਾ ਇੱਕ ਕਰਕੇ ਬਾਈ ਐਂ ਕਰ ਉਹ ਹੈਲੋ ਓ ਓ ਮਾਈ ਗੋਡ ਇਹ ਕਿਆ ਨਿਕਲਾ ਸਟਿੱਕੀ ਨੋਟਸ ਬਾਈ ਜੀ ਇਹਨਾਂ ਨੂੰ ਕੱਢੋ ਪੜ੍ਹੋ ਸੁੰਦਰਤਾ ਦੇ ਨਾਲ ਆਪਣੇ ਬੈਗ 'ਤੇ ਲਾ ਦਿਓ ਇੱਥੇ ਲਮਕੇ ਬੈਗ 'ਤੇ ਆਪਣੀ ਕੰਧ ਦੀ ਬੈਗ 'ਤੇ ਲਾ ਦਿਓ ਕੀ ਲਿਖਿਆ ਅੱਜ ਦਿਖਾ ਕੀ ਲਿਖਿਆ ਹੈ ਉਹ ਭਰਾਵਾ ਲੱਗੇ ਸਨੈਪਾ ਬਾਈ ਦੇਖੋ ਜੀ ਸਨੈਪਾ ਤਾਂ ਇੰਨਾ ਨਸ਼ਾ ਹੈ ਨਾ ਇਹਨਾਂ ਨੂੰ ਇੰਨਾ ਨਸ਼ਾ ਹੈ ਸਨੈਪਾ ਨੂੰ ਸਟ੍ਰੀਕ ਕਿਸੇ ਨਾਲ ਬਣੀ ਨਹੀਂ ਪਰ ਸਨੈਪਾ ਓਏ ਆਈਡੀਅਲੀ ਲੋਕ ਨਹੀਂ ਕਰਨ ਡੇ ਇਹ ਆ ਜੀ ਡੁਪਲੀਕੇਟ ਸਨੈਪਰ ਸਨੈਪਰ ਡੁਪਲੀਕੇਟ ਹਾਲੇ ਲੈ ਹਾਲੇ ਤਾਂ ਬਣੀ ਨਹੀਂ ਪਹਿਲਾਂ ਹਟ ਕੇ ਬਹਿ ਗਏ ਹੁਣ ਤੁਹਾਨੂੰ ਡੁਪਲੀਕੇਟ ਜਿਹਨੂੰ ਕਹਿੰਦੇ ਨਾ ਅਸੀਂ ਡੁਪਲੀਕੇਟ ਹਾਂ ਡੁਪਲੀਕੇਟ ਸਨੈਪਚੈਟ ਵਾਲੇ ਉਹ ਹੈ ਗਰੰਟੀਦਾਰ ਬੰਦਾ ਡੁਪਲੀਕੇਟ ਆਵੇ ਆਈ ਡੀ ਲਾਉਂਦਾ ਜੀ ਮਹੇਸ਼ ਰਾਣਾ ਕੀ ਪਵੇ ਉਹ ਭਰਾਵਾ ਖੋਲ੍ਹ ਤੇ ਲਾ ਫਿਰ ਦੱਸੀ ਉਹਨਾਂ ਨੂੰ ਆਈ ਡੀ ਪੰਜਾਬੀ ਚ ਹਿੰਦੀ ਮੈਂ ਬਤਾ ਦੋ ਹਮੇਸ਼ਾ ਸਾਨੂੰ ਇਹ ਚੀਜ਼ ਇੰਪੋਸੀਬਲ ਲੱਗਦੀ ਹੈ ਜਦ ਤੱਕ ਅਸੀਂ ਉਹ ਚੀਜ਼ ਕਰਦੇ ਨਹੀਂ ਯੈਸ ਯੈਸ ਠੀਕ ਆ ਜੀ ਅਤੇ ਤੁਸੀਂ ਭਾਅ ਜੀ ਇਹਨਾਂ ਨੂੰ ਹੁਣ ਪਲੀਜ਼ ਟੰਗ ਕੰਧ ਦੇ ਚਪਕਾਓ ਪਹਿਲਾਂ ਸਟਿੱਕਰ ਲਾ ਲੱਗੇ ਕਮਰੇ 'ਚ ਕੀ ਲਿਖਿਆ ਆਲੇ ਦਾ ਠੀਕ ਨਾ ਮੈਂ ਤੁਹਾਨੂੰ ਬੈਗ ਤੋਂ ਪੜ੍ਹਾਉਂਦਾ ਵਾਂ ਵੀ ਕੀ ਲਿਖਿਆ ਦੂਸਰਾ ਵੀ ਚਪਕਾ ਦੇ ਬਾ ਇੱਕ ਲੱਗ ਗਿਆ ਮਿੱਤਰੋ ਰੋਸ਼ਨੀ ਆਪਾਂ ਬਾਅਦ 'ਚ ਲਾਵਾਂਗੇ ਯਾਰ ਫਿਰ ਲਾ ਵੇਲੇ ਲਾ ਪੈਣਾ ਇੱਥੇ ਚੁੱਪੀਆਂ ਲਾ ਕੇ ਲਾਈਟਿੰਗ ਹੀ ਲਾਵਾਂਗੇ ਵਿੱਚ ਹੋਰ ਵੇਲਾ ਲਾ ਥੋੜ੍ਹਾ ਜਿਹਾ ਹਾਂ ਇੱਥੇ ਲਾ ਦੇ ਕੋਈ ਨਹੀਂ ਆਪਾਂ ਬਾਕੀ ਗੈਪ ਕਰ ਦੇਣੀ ਮਿੱਤਰੋ ਆਪਣੇ ਸਟਿੱਕਰਾਂ ਦਾ ਮਗੀ ਕਾਰੀਗਰੀ ਚੱਲਣ ਡੀ ਥੋੜ੍ਹਾ ਉੱਪਰ ਲਾ ਯਾਰ ਕਾਰੀਗਰੀ ਚੱਲਣ ਡੀ ਆ ਜਿਵੇਂ ਪੂਰੀ ਹੁੰਦੀ ਹੈ ਮੈਂ ਤੁਹਾਨੂੰ ਜ਼ਰੂਰ ਦਿਖਾਊਂਗਾ ਕਾਰੀਗਰੀ ਤਗੜੇ ਮਹਾਨ ਹਸਤੀ ਕਰਨ ਡੇ ਨੇ ਇੱਕ ਕਲਰ ਹੈ ਪਿੰਕ ਆ ਪਿੰਕ ਗੁਲਾਬੀ ਵਿੱਚ ਦੂਜੇ ਕਲਰ ਵੀ ਆਉਣੇ ਆ ਇਸ ਕਰਕੇ ਗੈਪ ਕਰਕੇ ਲਾ ਤਾਂ ਕਿ ਉਹ ਵਿੱਚ ਮਿਕਸ ਜਿਹਾ ਲੱਗੇ ਤੁਹਾਨੂੰ ਠੀਕ ਨਾ ਮੈਨੂੰ ਸਮਝਾਉਣਾ ਪੈਂਦਾ ਵਾਰ ਵਾਰ ਉਹ ਥੋੜ੍ਹਾ ਜਿਹਾ ਗਜਨੀ ਟਾਈਪ ਬੰਦਾ ਆਪਣੇ ਨੌ ਦਾ ਲੱਗ ਗਿਆ ਸਟਿੱਕਰ ਇੱਥੇ ਲੱਗਾ ਜੀ ਚੰਦਵੀਰ ਸਿੰਘ ਉਹਦਾ ਲੱਗਾ ਮਹੇਸ਼ ਰਾਣਾ ਹੋਰ ਲਾ ਲਾ ਮਿੱਤਰਾ ਜੀ ਖੱਟੀ ਅਤੇ ਪਿੰਕ ਰੰਗ ਦੀ ਕੰਧ ਕਰਦੇ ਹਾਂ ਆਪਾਂ ਠੀਕ ਹੈ ਨਾ ਇੱਕੋ ਰੰਗ ਦੀ ਕੰਧ ਆਹ ਕੀ ਲਿਖਿਆ ਐ ਲਿਟਲ ਪ੍ਰੋਗਰੈਸ ਈਚ ਡੇ ਐਡਸ ਅਪ ਟੂ ਬਿਗ ਰਿਜ਼ਲਟ ਮਤਲਬ
गुड थिंग्स टेक टाइम, मतलब अपने जब 1 मिलियन होंगे थोड़ी जी अलाइनमेंट सही करो, इन सही करो बेटा, इसको दोबारा लगाओ इन, की गल करते पढ़े लिखे इंसान हो, की गल करते कान का ही रंग बिरंगी कर देनी, मेरा कलरफुल लगनी चाहिए, नहीं तो लत्त ते मोड़े कलरफुल सोजा पैनिया ही। हूँ उस्ताद जी आप सुटन गए गोला आठ साहब गोला मामा मैं बम सुट लगे कोच साहब आप हो गए मरे हूँ आठू थोड़े कोच साहब गुलाबी ने गुलाबी लाता अमेरिका वीजा वाले ने आस्ट्रेलिया का है, देख लो फिर अंबेसी वाले देख लो, अंबेसी वाले देख लो, एह जे बंदे ने रिफ्यूजल पाना। ये लिखो डेली टारगेट अपना, चूम करो थोड़ा जा, डेली टारगेट ये जी अपना शूट डेली एडिट 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 कर लेगा, एडिट डेली अपलोड डेली साथ भी चल रहा है, ये मैच रहना है तो लग गया इतने आप तो सीन कुछ लिखना चाहोगे खाली करके नहीं देते, मतलब खाली पेजेस नहीं किसी को अपने दिल दी टिप्पणियां मेरे मतलब कि सब्सक्राइब रिकमेंड करके दसो की लिखी है, एक एक बार का नाम से भी लवाना लगा मैं कमेंट करके दसो आ गई है पीम कहते कमेंट करके दसो की लिखना चाहोगे, बरके काफी खाली ने, बरके और लेवांगे तो दसो कंध भर देंगे, पूरी कंध भर देवांगे तुहाडे नाम ते। लो भी दोस्तो ते लाती अहीं लड़ी ते आ बैठा उहदा कारीगर, ते अगर तुसीं चाहुंदे हो वी तुहाडा वी नाम इत्थे अहीं छका छुपका दे छुपका दीए मगी स्टैप ला दीए पेस्ट कर दीए स्टिकर अपने को वाधू पए आ ते तुसीं 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 अपना नीचे कमेंट करके दसो अगर तुम अपना नाम पाना वा तो चैनल जरूर सबसक्राइब कर दो। हाँ जी भाजी की कहना चाहोगे उतना कह दो बोलो, तो कोई भी ब्याह शादी है जो बंदा डेकोरेशन वास्ते चाहिए तो कॉन्टैक्ट कर सकते हो, तो आप मैं ही हैं और उस्ताद साई साई बारे दसो। अच्छा फिर तुम मुकेश अंबानी की जो शादी हुई है तुम आप पहुंचे से उसे है ना जी? हाँ जी ठीक है जी। अच्छा कुल्फिया की रेहड़ी अच्छा ढाडी सी स्टाल जरा कुल्फिया का, ताइयों इन्होंने डिजाइनिंग पूरी वधिया की, पिंक रंग की कुल्फी जहाँ पिंक रंग के ने स्टीकर लाए ने पीले रंग के लाए ने, मित्रों इन्हों के स्टीकर चलते रहने बड़ी लंबी लड़ी अं इतने ला देनी आप लाइटिंग भी लावे, दसो तुम इतने लाइटिंग लाई है आप कि नहीं कमेंट करके थले दस दौ, तो बस शुगल मेला अपना तुम्हें पता ही है। लो जी लड़ी साड़ी पिछले लग गई है तो स्टीकर अपने होर पे नीचे कमेंट करके दसो, अगर कहते बंदा कहता भी जो किसी नाल लगा वा की कुछ की कहें पे ਜੇ ਕਿਸੇ ਨੇ ਵੀ ਨਾਮ ਲਗਵਾਉਣਾ ਆਪਣਾ ਤੇ ਕਮੈਂਟ ਕਰੋ ਜਰੂਰ ਵੀਡੀਓ ਥੱਲੇ, ਤੇ ਤੁਹਾਡਾ ਇਹ ਨਾ ਇਹਦੇ ਉੱਤੇ ਨਾ ਤੇ ਉਹਦੇ ਤੇ YouTube ਸ਼ਾਰਟਸ ਦੇ ਤੇ ਵੀਡੀਓ ਤੁਹਾਡੇ ਲਈ ਅਪਲੋਡ ਹੋ ਜਾਊਗੀ, ਵੀਡੀਓ ਪੈਣੀ ਨਹੀਂ ਪਊਗੀ ਜੀ ਉੱਥੇ ਪੋਸਟ ਪਾ ਦਾਂਗੇ ਆਪਾਂ ਤੁਹਾਡੀ, ਠੀਕ ਹੈ ਨਾ, ਤੇ ਆਪਾਂ ਐਂ ਕਰਦੇ ਹੋਏ ਇੱਕ ਫੋਟੋ ਨੂੰ ਆਪਾਂ ਕਿਤਨਾ ਸ਼ਾਰਟ ਬਣਾਵਾਂਗੇ ਆਪਾਂ ਉਹ ਬਣ ਹੀ ਨਾ ਸਕਦੀ, ਬਿਲਕੁਲ ਦੇਖੋ ਤੇ ਫੋਟੋ ਜ਼ਰੂਰ ਪਾਵਾਂਗੇ, ਫੋਟੋ ਜ਼ਰੂਰ ਪਾਵਾਂਗੇ, ਬਾਕੀ ਦੂਜੀ ਗੱਲ ਇਹ ਵਿਆਹਾਂ 'ਚ ਦਾ ਵੀ ਕੰਮ ਜਿੱਤਰਾ ਉਹ ਵਿਆਹਾਂ 'ਚ ਕਹਿੰਦੇ ਸੋਰੀ ਮੇਲਿਆਂ 'ਚ ਕੰਮ ਇਹਦਾ ਜਿੱਤਰਾ ਚੌਲਾਂ ਦੇ ਉੱਤੇ ਨਾਮ ਲਿਖਣਾ ਮੁੰਦਰੀਆਂ ਦੇ ਉੱਤੇ शर्मिंदा अपने आलो बैड का भी भंडारा हो गया, इधर ए लिखा जे किधर की उंगली मेरी उधर मंडा बंटवारा कर लिया बंटवारा। मित्रों मेहनत वाले बंदे कदम वाल नहीं मेहनत देंगे, वाले वेलो खराब हो गए ठीक है ना, कोई नहीं सही बाद कर देंगे आप अगली वीडियो चेंज करा देंगे आप है ना, कहना भी जे हाँ की कहना बंजा मंजा की क्यों कट दोबारा तो क्यों दस दस तू अज कड़ी गल दसनी दस
20,000 सब्सक्राइबर होने दे बंदा गंजा होऊंगा ताड़े सारे सामने बाल त्यार दूंगा चल स्पोर्ट तुसी करने हुन चल ठीक है मैं नहीं नहीं ओ सब्सक्राइब मैं चल मैं गंजा मैं मान लेना मैं गंजा होऊंगा ठीक है ना जे सब्सक्राइबर हो गए ना होना भी पड़ा पर तू शर्त कर तू बरवट्टे दाढ़ी वाल चिट्टे रंग दे करोने फिर मेरे वालों भी ना आज तुम पर सबसक्राइब जरूर कर दियो लोग मित्रों अगर तुम चाहते हो भी अगली वीडियो असी सब तो पहला देखिए तो चैनल जरूर सबसक्राइब करो बैल आइकन जरूर दबा दो मच्छर मर गए तो तुम ही करना स्नैपचैट पाने ये है क्या बात यही स्नैपचैट में लाइक इधर वीडियो तुम लाइक कर दो ठीक है ना तो मगर लड़ी लाती ही दस दौ जो कहने अपना ना लिखना तो चौलों के ना तुम पता लिख देता चौलों के उत्ते भी नाम लिख दूंगा बामती लिखते भाई कितने 11 कि बासमती से लिखोगे ना झोने तो ना लेते झोने कणक के उत्ते चक्कू झोने के सॉरी कणक के दाने उत्ते कणक के दाने उत्ते भी ना लिखते हैं दो पार कहते दिल बना के सेंटर च वो भी लिख सकते हैं ना बड़ी तगड़ी कारीगरी ये कितों की सीखा है जो ये बहामास बहामास थाईलैंड तो उधर बने सारा घूम घम के आए ने टैटू बना दो भाजी उधर से बिल्कुल बिल्कुल चिड़ी बना लेंगे चोर दे दाने दिए वाह जी वाह पूरा चिड़िया घर अच्छा एमेजॉन के जंगलों में सारे चिड़िया के फोटो खिंच के लाए ने बाल सही कर पर की गल हो गई उत्थे टाणी टूणी चढ़ गए तो चाहते हो भी अपनी जी अगली वीडियो पवे तुम सब तो पहला देखना चाहते हो तो बाल सही कर पाँगा तो चैनल सबसक्राइब जरूर करो बैल आइकन जरूर दबा दो हाँ कर लो सही कोई नहीं उधर उन्होंने बैल आइकन दबाता है ठीक है ना अगली वीडियो जो सही करके बाहर लेवे आप वीडियो में लाइक शेयर जरूर करो लाइक कर दीजिए शेयर कर दीजिए पूछा गया था एक्स स्क्वायर अपॉन वाई जेड तो ऐसे सवालों को करने के लिए देखिए एक तो बेसिक ट्रिक है एक तो लाइक और शेयर ठोक दीजिए महाकाल का दबाकर लाइक और शेयर ठोक दीजिए पूरा साल मेहनत करता हूँ आपके लिए बेटा ऐसा नहीं चलेगा ऐसा नहीं चलेगा।